بسم اللہ الرحمن الرحیم. السلام علیکم ناظرین, بیگ صابر صابری تھوڑی سیوا چ حاضر ہے ایک نویں ولاگ دے نال تہاڈے اپنے پنجابی چینل دے نال. امید کرنا کہ تسی خیریت نال ہو گے. اج 30 رمضان المبارک ہے, آخری دن ہے, آخری روز ہے. صبح انشاءاللہ عید منائی جائے گی, عید الفطر. تے میرے والوں سارے فیملی ممبران جڑے نے یوٹیوب تے جڑے سبسکرائبر نے ਉਹਨਾਂ ਸਾਰਿਆਂ ਨੂੰ ਈਦ ਮੁਬਾਰਕ ਢੇਰ ਸਾਰੀ. ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ ਅਤੇ ਆਪਣਿਆਂ ਦੇ ਨਾਲ ਜਿਹੜੀ ਹੈ ਉਹ ਹਰ ਈਦ ਮਨਾਉਣ ਦਾ ਤੁਹਾਨੂੰ ਜਿਹੜੀ ਹੈ ਤੋਫੀਕ ਦੇ. ਅਤੇ ਇਸ ਗਰੀਬ ਜਿਹੜੇ ਨੇ ਸਾਡੇ ਇਸ ਦਿਨ 'ਤੇ ਗਰੀਬ ਲੋਕਾਂ ਨੂੰ ਜਿਹੜਾ ਉਹ ਬਿਲਕੁਲ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਅਗਰ ਕਿਸੇ ਇੱਕ ਮਾੜੇ ਬੰਦੇ ਨੂੰ ਵੀ ਅਸਾਂ ਖੁਸ਼ ਕੀਤਾ, ਉਹਦੀ ਮਦਦ ਕੀਤੀ, ਉਹਦੀ ਉਹ ਈਦ ਦੀਆਂ ਖੁਸ਼ੀਆਂ ਦੇ ਵਿੱਚ ਉਹਦੀ ਸ਼ਾਮਿਲ ਹੋਏ ਕਿਸੇ ਵੀ ਤਰੀਕੇ ਨਾਲ, ਅਤੇ ਉਹ ਜਿਹੜਾ ਉਹ ਈਦ ਦਾ ਮਜ਼ਾ ਜਿਹੜਾ ਦੁਬਾਲਾ ਹੋ ਜਾਂਦਾ. ਅਤੇ ਉਮੀਦ ਕਰਨਾ ਕਿ ਤੁਹਾਨੂੰ ਜਿਹੜਾ ਉਹ ਮੇਰੀ ਗੱਲ ਦੀ ਸਮਝ ਆਈ ਹੋਵੇਗੀ. ਅੱਲਾਹ ਪਾਕ ਸਾਰਿਆਂ ਨੂੰ ਇਸ ਗੱਲ ਦੀ ਤੋਫੀਕ ਦੇ ਕਿ ਈਦ ਜਿਹੜੀ ਹੈ ਗਰੀਬਾਂ ਦੇ ਨਾਲ ਰਲ ਕੇ, ਮਸਕੀਨਾਂ ਲੋਕਾਂ ਦੇ ਨਾਲ ਰਲ ਕੇ ਜਿਹੜਾ ਮਨਾਉਣ ਦੀ ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ. ਅਤੇ ਮੇਰੀ ਈਦ ਦੀ ਤਿਆਰੀ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ. ਕੱਪੜੇ ਸਿਲਾਈ ਕਰਵਾ ਕੇ ਲੈਣਦੇ ਨੇ, ਵਾਲ ਕਟਾਉਣੇ ਸਨ ਅਤੇ ਉਹ ਵੀ ਕਟਾ ਲੈਣੇ, ਬਾਕੀ ਰਹਿ ਗਈ ਹਜਾਮਤ. ਉਹ ਇਨਸ਼ਾਅੱਲਾ ਸੁਬਹਾ ਈਦ ਦੀ ਨਮਾਜ਼ ਤੋਂ ਪਹਿਲਾਂ ਜਿਹੜਾ ਉਹ ਫਰੈਸ਼ ਹੋ ਕੇ ਅਤੇ ਈਦ ਦੀ ਨਮਾਜ਼ ਅਦਾ ਕਰਾਂਗੇ. ਅਤੇ ਤਿਆਰੀਆਂ ਲੋਕ ਕਰ ਰਹੇ ਨੇ, ਬੜੀ ਗਹਿਮ ਗਹਿਮੀ ਹੈ ਬਾਜ਼ਾਰ ਦੇ ਵਿੱਚ ਵੀ, ਪਿੰਡ ਦੀਆਂ ਗਲੀਆਂ ਦੇ ਵਿੱਚ ਵੀ ਬੜੀ ਰੌਣਕ ਹੈ. ਹਰ ਕਿਸੇ ਨੂੰ ਜਿਹੜਾ ਦਰਜ਼ੀ ਨੇ ਉਹਨਾਂ ਦਾ ਤਾਂ ਜਿਹੜਾ ਸਿਰ ਚੁੱਕਣ ਦੀ ਵਾਹ ਨਹੀਂ ਹੈ ਕਿ ਉਹ ਆਪਣੇ ਕੰਮ ਦੇ ਵਿੱਚ ਇਸ ਕਦਰ ਜਿਹੜਾ ਉਹ ਮਸਰੂਫ ਨੇ. ਜੀ ਸੰਗਿਓ, ਇਹ ਤੁਸੀਂ ਵੇਖ ਰਹੇ ਹੋ ਕਿ ਮਸ਼ੀਨਾਂ ਚੱਲਦੀਆਂ ਨੇ ਅਤੇ ਦਰਜ਼ੀ ਜਿਹੜੇ ਨੇ ਉਹ ਆਪਣਾ ਸਿਰ ਸੁੱਟ ਕੇ ਕੰਮ ਲੱਗੇ ਨੇ. ਆ ਸਾਡੇ ਮੁਹੱਲੇ ਦੇ ਵਿੱਚ ਅਰਸ਼ਦ ਦੀ ਦੁਕਾਨ ਹੈ. ਇਹ ਮਾਸ਼ਾਅੱਲਾ ਬੜੀ ਅੱਛੀ ਸਿਲਾਈ ਕਰਦੇ ਨੇ, ਸਾਫ਼ ਸੁਥਰਾ ਕੰਮ ਕਰਦੇ ਨੇ. ਅਤੇ ਇਹ ਉਸਤਾਦ ਸ਼ਗਿਰਦ ਜਿਹੜੇ ਨੇ ਕੰਮ ਲੱਗੇ ਨੇ. ਕਿਉਂ ਬਈ, ਕਿੰਨੇ ਕੁ ਸੂਟ ਸਿਲਾਈ ਕੀਤੇ ਜੀ ਅਰਸ਼ਦ ਇਸ ਈਦ 'ਤੇ? 200 ਸੂਟ ਸਿਲਾਈ ਕਰ ਛੱਡਿਆ. ਵਾਹ ਬਈ ਵਾਹ. ਅਤੇ ਕਿੰਨੇ ਕੁ ਰਹਿੰਦੇ ਨੇ? ਬਟਨ ਬਿਲਕੁਲ ਨਾਲ ਦੇ ਮਗਜ਼ੀ ਵਾਲਾ. ਤੁਹਾਡਾ ਨਾਪ ਕਿਵੇਂ ਲਓ? ਚਲੋ ਜੀ, ਠੀਕ ਹੋ ਗਿਆ. ਲਓ ਜੀ ਵੇਖੋ, ਇਹ ਵਾਹ ਦਰਜ਼ੀ ਹੈ ਜਿਹੜਾ ਮੈਂ ਹੁਣ ਚਾਂਦ ਰਾਤ ਸ਼ੁਰੂ ਹੋਣ ਲੱਗੀਏ ਅਤੇ ਇਹਨੂੰ ਆਪਣਾ ਸੂਟ ਲਿਆ ਕੇ ਦੇਣ ਲੱਗਾ. ਅਤੇ ਇਹ ਦਰਜ਼ੀ ਨੇ ਆਖਿਆ ਕਿ ਮੈਂ ਤੁਹਾਨੂੰ ਸੂਟ ਸੀ ਕੇ ਦਿਆਂਗਾ ਅਤੇ ਤੂੰ ਪਾਓਗੇ ਵੀ ਤੁਸੀਂ. ਚਲੋ ਆਓ ਵੇਖਦੇ ਹਾਂ ਕਿ ਕੀ ਕਰਦੇ ਨੇ ਸਾਡੇ ਨਾਲ. ਬਾਜ਼ੂ ਗੋਲ ਰੱਖਣੇ ਨੇ ਖੁੱਲੇ, ਬਟਨ ਕੋਈ ਲਾਣੇ. ਪਤਾ ਨਹੀਂ ਅੱਗੇ ਨਿੱਕੀ ਪਰਚੀ ਬਣਾ ਚਾਹੀਦੀ ਹੈ ਦੋਹਰਾ ਗੱਲ. ਉਧਰਲਾ ਬਟਨ ਵੀ ਉਹਦਾ ਬੰਦ ਹੋ ਗਏ, ਠੀਕ ਹੈ. ਅਤੇ ਉਹ ਸਮਝ ਆ ਗਈ ਜਿਹੜਾ ਗੋਲ ਕਰਨਾ. ਇੱਥੇ ਵੀ ਉਹ ਅੱਗੇ ਖੁੱਲ੍ਹਾ. ਨਾਪ ਦਿਪ ਗਿਆ. ਅਰਸ਼ਦ ਸਾਹਿਬ ਆਉਂਦੇ ਨੇ ਕਿ ਤੁਹਾਨੂੰ ਸੂਟ ਸੀਂਦੇ ਨੇ ਰਾਤੀ, ਅਤੇ ਰਾਤੀ ਸੂਟ ਮਿਲ ਗਿਆ, ਠੀਕ ਹੈ.